ਦੋਸਤੋ, ਮੇਰਾ ਨਾਮ ਰੋਹਨ ਹੈ ਅਤੇ ਮੈਂ 24 ਸਾਲ ਦਾ ਹਾਂ। ਇਹ ਕਹਾਣੀ ਮੇਰੀ ਜ਼ਿੰਦਗੀ ਦੀ ਇੱਕ ਅਜਿਹੀ ਸੱਚੀ ਘਟਨਾ ਉੱਤੇ ਆਧਾਰਿਤ ਹੈ ਜੋ ਮੇਰੇ ਜੀਵਨ ਵਿੱਚ ਘਟੀ ਸੀ। ਮੇਰੇ ਕਾਲਜ ਵਿੱਚ ਇੱਕ ਨਵੀਂ ਕੁੜੀ ਆਈ ਸੀ। ਉਹ ਬਹੁਤ ਹੀ ਕਿਊਟ ਅਤੇ ਕਾਫ਼ੀ ਖੁੱਲ੍ਹੇ ਵਿਚਾਰਾਂ ਵਾਲੀ ਕੁੜੀ ਸੀ। ਇਹ ਗੱਲ ਅੱਜ ਤੋਂ ਲਗਭਗ 8 ਮਹੀਨੇ ਪਹਿਲਾਂ ਦੀ ਹੈ। ਉਦੋਂ ਮੈਂ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਤਦ ਮੇਰਾ BCOM ਫਾਈਨਲ ਸੀ। ਉਹਨਾਂ ਦਿਨਾਂ ਵਿੱਚ ਇੱਕ ਨਵੀਂ ਕੁੜੀ ਕਾਲਜ ਵਿੱਚ ਆਈ ਸੀ। ਉਸਦਾ ਨਾਮ ਰਬੀਨਾ ਸੀ। ਉਹ ਇੱਕਦਮ ਮਸਤ ਕੁੜੀ ਸੀ। ਉਸਦਾ ਫਿਗਰ ਕਾਫ਼ੀ ਆਕਰਸ਼ਕ ਸੀ। ਲਗਭਗ ਕਾਲਜ ਦੇ ਸਾਰੇ ਮੁੰਡੇ ਉਸਦੇ ਦੀਵਾਨੇ ਹੋ ਗਏ ਸਨ। ਹਰੇਕ ਮੁੰਡਾ ਬਸ ਉਸਨੂੰ ਇਕਾਂਤ ਵਿੱਚ ਮਿਲਣਾ ਚਾਹੁੰਦਾ ਸੀ। ਉਹ ਕੋਈ ਫਿਲਮੀ ਹੀਰੋਇਨ ਦੇ ਨਾਲੋਂ ਘੱਟ ਨਹੀਂ ਲੱਗਦੀ ਸੀ। ਮੈਂ ਵੀ ਉਸਨੂੰ ਬਹੁਤ ਵੇਖਿਆ ਕਰਦਾ ਸੀ ਅਤੇ ਪਰਮਾਤਮਾ ਤੋਂ ਦੁਆ ਮੰਗਦਾ ਹੁੰਦਾ ਸੀ ਕਿ ਇੱਕ ਵਾਰ ਇਹ ਕੁੜੀ ਮੈਨੂੰ ਮਿਲ ਜਾਵੇ। ਸ਼ਾਇਦ ਭਗਵਾਨ ਨੇ ਮੇਰੀ ਸੁਣ ਲਈ ਸੀ। ਇੱਕ ਦਿਨ ਉਹ ਖੁਦ ਮੇਰੇ ਕੋਲ ਗੱਲ ਕਰਨ ਦੇ ਲਈ ਆ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੀ ਪੜ੍ਹਾਈ ਵਿੱਚ ਥੋੜ੍ਹੀ ਮਦਦ ਕਰ ਦੇਵੋਗੇ। ਦੋਸਤੋ, ਮੈਂ ਸਟੱਡੀ ਵਿੱਚ ਕਾਫ਼ੀ ਇੰਟੈਲੀਜੈਂਟ ਸੀ, ਜਿਸ ਦਾ ਮੈਨੂੰ ਫਾਇਦਾ ਮਿਲ ਗਿਆ। ਮੈਂ ਵੀ ਦੇਰੀ ਕੀਤੇ ਬਿਨਾਂ ਉਸਨੂੰ ਫਟਾਫਟ ਹਾਂ ਕਰ ਦਿੱਤੀ। ਮੈਂ ਉਸਨੂੰ ਕਿਹਾ, ਹਾਂ ਜ਼ਰੂਰ ਕਰ ਦੇਵਾਂਗਾ, ਦੱਸੋ ਤੁਹਾਨੂੰ ਮੇਰੀ ਕੀ ਮਦਦ ਚਾਹੀਦੀ ਹੈ। ਉਸਦਾ BCOM ਦਾ ਪਹਿਲਾ ਸਾਲ ਸੀ। ਉਹ ਕਹਿਣ ਲੱਗੀ, ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਸਭ ਕੁਝ ਮੇਰੇ ਉੱਪਰੋਂ ਜਾ ਰਿਹਾ ਹੈ, ਤੁਸੀਂ ਮੈਨੂੰ ਥੋੜ੍ਹਾ ਜਿਹਾ ਟਾਈਮ ਦੇ ਕੇ ਸਮਝਾ ਦਿਆ ਕਰੋ ਤਾਂ ਮੇਰੇ ਲਈ ਕਾਫ਼ੀ ਆਸਾਨ ਹੋ ਜਾਵੇਗਾ। ਤੁਹਾਡੀ ਜੋ ਵੀ ਫੀਸ ਹੋਵੇਗੀ ਮੈਂ ਤੁਹਾਨੂੰ ਦੇ ਦੇਵਾਂਗੀ। ਮੈਂ ਕਿਹਾ, ਰੁਬੀਨਾ ਜੀ, ਮੈਨੂੰ ਕੋਈ ਪੈਸੇ ਨਹੀਂ ਚਾਹੀਦੇ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਪੜ੍ਹਾ ਦਿਆ ਕਰਾਂਗਾ। ਫਿਰ ਉਸਨੇ ਕਿਹਾ, ਐਵੇਂ ਕਿਵੇਂ, ਤੁਹਾਨੂੰ ਕੁਝ ਤਾਂ ਲੈਣਾ ਹੀ ਪਵੇਗਾ। ਮੈਂ ਕਿਹਾ, ਠੀਕ ਹੈ, ਮੈਨੂੰ ਜਦੋਂ ਵੀ ਕੁਝ ਲੈਣਾ ਹੋਵੇਗਾ ਮੈਂ ਲੈ ਲਵਾਂਗਾ ਆਪਣੀ ਫੀਸ। ਉਹ ਮੇਰੇ ਕਹਿਣ ਦੇ ਅੰਦਾਜ਼ ਨੂੰ ਵੇਖ ਕੇ ਮੁਸਕਰਾਉਣ ਲੱਗ ਗਈ। ਮੈਨੂੰ ਵੀ ਉਸ ਕੁੜੀ ਦੇ ਬਾਰੇ ਇਹੀ ਲੱਗਿਆ ਕਿ ਉਹ ਕੁਝ ਜ਼ਿਆਦਾ ਹੀ ਸਮਝਦਾਰ ਕੁੜੀ ਹੈ। ਹੁਣ ਮੈਂ ਉਸਨੂੰ ਹਰ ਰੋਜ਼ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਮੇਰੇ ਨਾਲ ਕਾਫ਼ੀ ਘੁਲ ਮਿਲ ਗਈ ਸੀ। ਇੱਕ ਦਿਨ ਮੈਂ ਉਸਨੂੰ ਆਪਣੇ ਰੂਮ ਵਿੱਚ ਹੀ ਆਉਣ ਲਈ ਕਹਿ ਦਿੱਤਾ। ਪਹਿਲਾਂ ਤਾਂ ਉਹ ਥੋੜ੍ਹਾ ਝਿਜਕ ਗਈ ਸੀ, ਪਰ ਫਿਰ ਉਸਨੇ ਆਉਣ ਲਈ ਹਾਂ ਕਰ ਦਿੱਤੀ। ਜਦੋਂ ਮੈਂ ਉਸਨੂੰ ਆਪਣੇ ਰੂਮ ਵਿੱਚ ਆਉਣ ਲਈ ਕਿਹਾ ਸੀ, ਤਦ ਮੇਰਾ ਇੱਕ ਦੋਸਤ ਵੀ ਮੇਰੇ ਕੋਲ ਹੀ ਖੜ੍ਹਾ ਸੀ। ਉਸਨੂੰ ਲੱਗਿਆ ਕਿ ਮੈਂ ਰਬੀਨਾ ਨਾਲ ਗੇਮ ਖੇਡਣ ਦੇ ਲਈ ਬੁਲਾ ਰਿਹਾ ਹਾਂ। ਉਹ ਮੈਨੂੰ ਕਹਿਣ ਲੱਗਿਆ, ਯਾਰ, ਉਸ ਕੁੜੀ ਦੇ ਨਾਲ ਤਾਂ ਨਾ ਜਾਣੇ ਕਿੰਨੇ ਮੁੰਡੇ ਦੋਸਤੀ ਕਰਨਾ ਚਾਹੁੰਦੇ ਨੇ। ਮੈਂ ਵੀ ਉਸਦੇ ਨਾਲ ਦੋਸਤੀ ਕਰਨਾ ਚਾਹੁੰਦਾ ਹਾਂ ਅਤੇ ਉਸਦੇ ਨਾਲ ਜ਼ਬਰਦਸਤ ਗੇਮ ਵੀ ਖੇਡਣਾ ਚਾਹੁੰਦਾ ਹਾਂ। ਪਲੀਜ਼ ਯਾਰ, ਮੇਰੀ ਵੀ ਉਸ ਕੁੜੀ ਦੇ ਨਾਲ ਦੋਸਤੀ ਕਰਾ ਦੇ। ਮੈਂ ਉਸਨੂੰ ਕਿਹਾ, ਨਹੀਂ ਯਾਰ, ਉਹ ਅਜਿਹੀ ਕੁੜੀ ਨਹੀਂ ਹੈ। ਇਹ ਕਹਿ ਕੇ ਮੈਂ ਉਸਦੀ ਗੱਲ ਨੂੰ ਰਫਾ ਦਫਾ ਕਰ ਦਿੱਤਾ। ਉਸਨੇ ਇਹ ਗੱਲ ਮੇਰੇ ਜਿਗਰੀ ਦੋਸਤਾਂ ਨੂੰ ਦੱਸ ਦਿੱਤੀ। ਉਹ ਦੋਵੇਂ ਮੇਰੇ ਬਹੁਤ ਹੀ ਪੱਕੇ ਦੋਸਤ ਸਨ। ਉਹਨਾਂ ਦੇ ਨਾਮ ਮਨਜੀਤ ਅਤੇ ਇੰਦਰਜੀਤ ਸਨ। ਜਦੋਂ ਉਹਨਾਂ ਦੋਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਉਹਨਾਂ ਦੋਨਾਂ ਨੇ ਮੈਨੂੰ ਫੜਿਆ ਅਤੇ ਮੈਨੂੰ ਗਾਲਾਂ ਦੇਣ ਲੱਗ ਗਏ। ਮਨਜੀਤ ਨੇ ਕਿਹਾ,
ਅੱਜ ਤੈਨੂੰ ਕੋਈ ਕੁੜੀ ਮਿਲ ਗਈ ਹੈ ਤਾਂ ਤੂੰ ਸਾਡੇ ਨਾਲ ਗੱਲ ਹੀ ਨਹੀਂ ਕਰ ਰਿਹਾ। ਕੁਝ ਦੇਰ ਬਾਅਦ ਉਹਨਾਂ ਦੋਵਾਂ ਨੇ ਇੱਕ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਮਨਜੀਤ ਕਹਿਣ ਲੱਗਿਆ, ਜਦੋਂ ਰਬੀਨਾ ਤੇਰੇ ਕਮਰੇ ਵਿੱਚ ਆਵੇਗੀ ਤਾਂ ਆਪਾਂ ਸਾਰੇ ਉਸਦੇ ਨਾਲ ਗੇਮ ਖੇਡਾਂਗੇ। ਮੈਨੂੰ ਉਸਦੀ ਇਹ ਗੱਲ ਸੁਣ ਕੇ ਡਰ ਲੱਗ ਰਿਹਾ ਸੀ ਕਿ ਕਿਤੇ ਮਾਮਲਾ ਵਿਗੜ ਹੀ ਨਾ ਜਾਵੇ। ਫਿਰ ਮੇਰੇ ਦਿਮਾਗ ਵਿੱਚ ਇੱਕ ਵਿਚਾਰ ਆਇਆ। ਮੈਂ ਆਪਣੇ ਦੋਸਤਾਂ ਨੂੰ ਕਿਹਾ, ਤੁਸੀਂ ਤਿਆਰ ਰਹੋ, ਜਦੋਂ ਮੈਂ ਤੁਹਾਨੂੰ ਫੋਨ ਕਰਾਂਗਾ ਤਾਂ ਤੁਸੀਂ ਫਟਾਫਟ ਆ ਜਾਇਓ। ਉਹਨਾਂ ਨੇ ਕਿਹਾ, ਤਾਂ ਠੀਕ ਹੈ, ਅਸੀਂ ਤੇਰੇ ਫੋਨ ਦਾ ਇੰਤਜ਼ਾਰ ਕਰਾਂਗੇ। ਜਦੋਂ ਮੈਂ ਰਵੀਨਾ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਇਸ ਵਾਰ ਮੈਂ ਪੂਰੀ ਤਿਆਰੀ ਕਰ ਰੱਖੀ ਸੀ। ਮੈਂ ਗੇਮ ਖੇਡਣ ਵਾਲੀ ਗੋਲੀ ਲਿਆ ਕੇ ਰੱਖ ਰੱਖੀ ਸੀ ਅਤੇ ਸਰਦੀ ਦਾ ਮੌਸਮ ਸੀ। ਥੋੜ੍ਹੀ ਦੇਰ ਵਿੱਚ ਉਹ ਵੀ ਆ ਗਈ। ਮੈਂ ਉਸਨੂੰ ਅੰਦਰ ਬੁਲਾਇਆ, ਉਹ ਬੈੱਡ 'ਤੇ ਬੈਠ ਗਈ। ਉਸਨੂੰ ਵੇਖ ਕੇ ਮੇਰਾ ਮਨ ਗਦਗਦ ਹੋ ਗਿਆ ਸੀ। ਉਸਦੀ ਨਜ਼ਰ ਮੇਰੇ ਦੇ ਉੱਪਰ ਪੈ ਗਈ ਜੋ ਪੂਰੀ ਤਰ੍ਹਾਂ ਨਾਲ ਤਿਆਰ ਸੀ। ਉਹ ਮੇਰੇ ਨੂੰ ਇਸ ਤਰ੍ਹਾਂ ਵੇਖ ਕੇ ਮਿੰਨਾ ਜਿਹਾ ਮੁਸਕਰਾਉਣ ਲੱਗ ਗਈ। ਉਸਦੀ ਮੁਸਕਾਨ ਵੇਖ ਕੇ ਮੈਂ ਸਮਝ ਗਿਆ ਕਿ ਉਹ ਵੀ ਗੇਮ ਖੇਡਣਾ ਚਾਹੁੰਦੀ ਹੈ, ਪਰ ਉਹ ਮੈਨੂੰ ਕਹਿ ਨਹੀਂ ਪਾ ਰਹੀ ਸੀ। ਸ਼ਾਇਦ ਉਹ ਕਹਿੰਦੇ ਹੋਏ ਸ਼ਰਮਾ ਰਹੀ ਸੀ। ਮੌਕਾ ਵੇਖ ਕੇ ਮੈਂ ਆਪਣਾ ਕੰਮ ਕਰ ਦਿੱਤਾ ਅਤੇ ਉਸਨੂੰ ਚਾਹ ਦਾ ਕੱਪ ਫੜਾ ਦਿੱਤਾ। ਕਾਫੀ ਠੰਡ ਹੋਣ ਕਰਕੇ ਉਹ ਚਾਹ ਵੇਖ ਕੇ ਖੁਸ਼ ਹੋ ਗਈ। ਉਸਨੇ ਫਟਾਫਟ ਕਰਕੇ ਚਾਹ ਪੀ ਲਈ। ਮੈਂ ਉਸਨੂੰ ਵੇਖਦਾ ਹੀ ਰਹਿ ਗਿਆ। ਮੈਂ ਉਸਦੇ ਕੋਲ ਜਾ ਕੇ ਬੈਠ ਗਿਆ। ਉਹ ਥੋੜ੍ਹਾ ਸ਼ਰਮਾਉਣ ਲੱਗ ਗਈ ਅਤੇ ਇੱਧਰ ਉੱਧਰ ਵੇਖਣ ਲੱਗ ਗਈ। ਅਸੀਂ ਦੋਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਏ ਸੀ। ਥੋੜ੍ਹੀ ਦੇਰ ਵਿੱਚ ਉਹ ਮਦਹੋਸ਼ ਜਿਹੀ ਹੋਣ ਲੱਗ ਗਈ। ਮੈਂ ਉਸਨੂੰ ਕਿਹਾ, ਕੀ ਹੋਇਆ ਰਬੀਨਾ? ਉਹ ਕਹਿਣ ਲੱਗੀ, ਬੇਚੈਨੀ ਜਿਹੀ ਹੋ ਰਹੀ ਹੈ। ਮੈਂ ਪੁੱਛਿਆ, ਕਿਵੇਂ ਦੀ ਬੇਚੈਨੀ ਹੋ ਰਹੀ ਹੈ? ਉਹ ਕਹਿਣ ਲੱਗੀ, ਪਤਾ ਨਹੀਂ ਕਿਉਂ ਅਚਾਨਕ ਮੇਰਾ ਦਿਲ ਗੇਮ ਖੇਡਣ ਦਾ ਕਰ ਰਿਹਾ ਹੈ। ਮੈਂ ਉਸਦੇ ਬਹੁਤ ਹੀ ਨੇੜੇ ਹੋ ਗਿਆ ਸੀ। ਮੈਂ ਉਸਦੇ ਨਾਲ ਗੇਮ ਖੇਡਣੀ ਸ਼ੁਰੂ ਕਰ ਦਿੱਤੀ। ਉਹ ਸਿਸਕੀਆਂ ਲੈਣ ਲੱਗ ਗਈ ਸੀ। ਮੇਰੇ ਉਸ ਨਾਲ ਗੇਮ ਖੇਡਣ ਨਾਲ ਉਸਨੂੰ ਵਧੀਆ ਲੱਗ ਰਿਹਾ ਸੀ। ਉਸਨੇ ਹੱਸ ਕੇ ਕਿਹਾ, ਹਾਂ ਪਲੀਜ਼ ਮੇਰੇ ਨਾਲ ਇਸੇ ਤਰ੍ਹਾਂ ਗੇਮ ਖੇਡੋ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ। ਇਹ ਸੁਣ ਕੇ ਮੈਂ ਹੋਰ ਵੀ ਜੋਸ਼ ਨਾਲ ਗੇਮ ਖੇਡਣ ਲੱਗ ਗਿਆ। ਗੇਮ ਖੇਡਦੇ ਹੋਏ ਉਹ ਕਹਿਣ ਲੱਗੀ, ਮੈਂ ਕਦੋਂ ਤੋਂ ਹੀ ਤੁਹਾਡੇ ਨਾਲ ਗੇਮ ਖੇਡਣਾ ਚਾਹੁੰਦੀ ਸੀ, ਅੱਜ ਜਾ ਕੇ ਮੇਰੀ ਮੁਰਾਦ ਪੂਰੀ ਹੋ ਰਹੀ ਹੈ। ਫਿਰ ਮੈਂ ਉਸਨੂੰ ਕਿਹਾ, ਮੈਂ ਵੀ ਪਹਿਲੇ ਦਿਨ ਤੋਂ ਹੀ ਤੇਰੇ ਨਾਲ ਗੇਮ ਖੇਡਣਾ ਚਾਹੁੰਦਾ ਸੀ, ਬਸ ਕਦੇ ਮੇਰੀ ਤੈਨੂੰ ਕਹਿਣ ਦੀ ਹਿੰਮਤ ਹੀ ਨਹੀਂ ਹੋਈ। ਲਗਭਗ 20-25 ਮਿੰਟ ਹੋ ਗਏ ਸੀ। ਉਹ ਅਜੇ ਵੀ ਗੇਮ ਖੇਡ ਕੇ ਸੰਤੁਸ਼ਟ ਨਹੀਂ ਹੋ ਰਹੀ ਸੀ, ਪਰ ਮੈਂ ਪੂਰਾ ਥੱਕ ਗਿਆ ਸੀ। ਫਿਰ ਉਸਨੇ ਮੈਨੂੰ ਕਿਹਾ, ਪਲੀਜ਼ ਤੂੰ ਆਪਣੇ ਦੋਸਤਾਂ ਨੂੰ ਸੱਦ ਲੈ, ਮੈਂ ਉਹਨਾਂ ਦੇ ਨਾਲ ਗੇਮ ਖੇਡ ਲਵਾਂਗੀ। ਮੈਂ ਫਟਾਫਟ ਆਪਣੇ ਦੋਸਤਾਂ ਨੂੰ ਫੋਨ ਕਰਕੇ ਬੁਲਾ ਲਿਆ। ਕੁਝ ਹੀ ਮਿੰਟਾਂ ਵਿੱਚ ਮੇਰੇ ਦੋਵੇਂ ਦੋਸਤ ਮੇਰੇ ਕੋਲ ਪਹੁੰਚ ਗਏ ਅਤੇ ਅਗਲੇ ਕੁਝ ਹੀ ਮਿੰਟਾਂ ਵਿੱਚ ਉਹ ਦੋਵੇਂ ਵੀ ਆਪਣਾ ਆਪਣਾ ਕੰਮ ਕਰਨ ਲੱਗ ਗਏ। ਉਸ ਦਿਨ ਵਾਰੀ ਵਾਰੀ ਅਸੀਂ
ਸਾਰਿਆਂ ਨੇ ਰਬੀਨਾ ਦੇ ਨਾਲ ਜ਼ਬਰਦਸਤ ਗੇਮ ਖੇਡੀ। ਗੇਮ ਖੇਡਣ ਤੋਂ ਬਾਅਦ ਮੈਂ ਰਬੀਨਾ ਨੂੰ ਉਸਦੇ ਘਰ ਛੱਡ ਦਿੱਤਾ। ਹੁਣ ਜਦੋਂ ਵੀ ਸਾਡਾ ਜਾਂ ਫਿਰ ਰਬੀਨਾ ਦਾ ਗੇਮ ਖੇਡਣ ਦਾ ਮਨ ਕਰਦਾ ਹੈ ਤਾਂ ਅਸੀਂ ਉਸਦੇ ਨਾਲ ਜ਼ਬਰਦਸਤ ਗੇਮ ਖੇਡਦੇ ਹਾਂ ਅਤੇ ਪੂਰੇ ਮਜ਼ੇ ਕਰਦੇ ਹਾਂ। ਤਾਂ ਦੋਸਤੋ, ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਅਜਿਹੀਆਂ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਕਿ ਆਉਣ ਵਾਲੀਆਂ ਨਵੀਆਂ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ। ਮਿਲਦੇ ਹਾਂ ਇੱਕ ਹੋਰ ਨਿਊ ਸਟੋਰੀ ਦੇ ਨਾਲ। ਧੰਨਵਾਦ ਜੀ।